ਦੋਸਤੋ, ਕਿਸੇ ਟਾਈਮ ਪ੍ਰਭਜੋਤ ਕੋਲ ਵੀ ਗੱਡੀਆਂ, ਮੋਟਰਸਾਈਕਲ ਅਤੇ ਹਰ ਤਰੀਕੇ ਦਾ ਸੁੱਖ ਸੁਵਿਧਾ ਦਾ ਸਮਾਨ ਘਰ ਦੇ ਵਿੱਚ ਭਰਿਆ ਭਰਿਆ ਪਿਆ ਸੀਗਾ। ਪਿੰਡ ਮਾਣਕੀ, ਲਾਗੇ ਸਮਰਾਲੇ ਜ਼ਿਲ੍ਹਾ ਲੁਧਿਆਣੇ ਦਾ ਰਹਿਣ ਵਾਲਾ ਮੁੰਡਾ ਦੀ ਜ਼ਿੰਦਗੀ 'ਚ ਇਹੋ ਜਿਹਾ ਕਿਆ ਵਾਪਰਿਆ ਕਿ ਇਹ ਆਪਣੇ ਹੱਥਾਂ ਨਾਲ ਇੱਕ ਚਮਚਾ, ਇੱਕ ਗਲਾਸ ਚੱਕਣ ਦਾ ਵੀ ਮੁਹਤਾਜ ਹੋ ਗਿਆ। ਜਾਣਨ ਲਈ ਵੀਡੀਓ ਪੂਰਾ ਦੇਖਿਓ ਔਰ ਵੀਡੀਓ ਸ਼ੇਅਰ ਕਰ ਦਿਓ। ਕਿਉਂ ਸ਼ੇਅਰ ਕਰ ਦਿਓ? ਕਿ ਤੁਹਾਡਾ ਸ਼ੇਅਰ ਕੀਤਾ ਹਜ਼ਾਰਾਂ ਲੱਖਾਂ ਪ੍ਰਭਜੋਤ ਦੀ ਜਾਨ ਬਚਾਊਗਾ। ਪ੍ਰਭਜੋਤ ਦੇ ਇਹ ਸੱਟ ਵੱਜੀ ਸੀ 9 ਸਾਲ ਪਹਿਲਾਂ। ਜਦ 2 ਸਾਲ ਪਹਿਲਾਂ ਇਹਨੂੰ ਲੈਣ ਆਏ ਸੀਗੇ ਨਾ ਹੁਣ ਤੋਂ, ਤਾਂ ਜਦ ਇਹਦਾ ਕੰਬਲ ਚੱਕਿਆ ਸੀਗਾ ਤਾਂ ਕੰਬਲ ਦੇ ਥੱਲੇ ਕੀੜੇ ਹੀ ਕੀੜੇ ਤੁਰ ਰਹੇ ਸੀਗੇ। ਦੋਸਤੋ, ਪ੍ਰਭਜੋਤ ਨੂੰ ਸੱਟ ਵੱਜੀ ਹੈ ਸਪਾਈਨਲ ਕੋਰਡ ਇੰਜਰੀ। ਸਪਾਈਨਲ ਕੋਰਡ ਇੰਜਰੀ ਸੀ ਲੈਵਲ ਦੀ ਸੱਟ ਹੈ, C4 C5 ਦੀ, ਜਿਸ ਦੇ ਵਿੱਚ ਗਰਦਨ ਦੇ ਥੱਲੇ ਸਰੀਰ ਦਾ ਕੋਈ ਵੀ ਹਿੱਸਾ ਕੰਮ ਨਹੀਂ ਕਰਦਾ। ਮਾੜੇ ਮੋਟੇ ਹੱਥ ਦੀ ਮੂਵਮੈਂਟ ਹੈ, ਇਸ ਤੋਂ ਵੱਧ ਕੇ ਕੁਛ ਨਹੀਂ। ਇਹਦੇ ਹਾਲਾਤ ਬੜੇ ਖਰਾਬ ਹੈ। ਸੱਟ ਇੱਦਾਂ ਦੀ ਹੈ ਜਿਹਨੇ ਪ੍ਰਭਜੋਤ ਦਾ ਸਭ ਕੁਛ ਬਕਾਤਾ। 30 ਤੋਂ 35 ਲੱਖ ਰੁਪਇਆ ਲੱਗ ਗਿਆ, ਘਰ ਬਾਰ ਵਿਕ ਗਿਆ, ਬਹੁਤ ਬੁਰੇ ਹਾਲ ਹੈ। ਘਰ ਦੇ ਵਿੱਚ ਸਿਰਫ ਕੰਧਾਂ ਹੀ ਖੜੀਆਂ ਰਹਿ ਗਈਆਂ। ਇਹਨੂੰ ਲੈਣ ਆਏ ਹਾਂ, ਲੈ ਕੇ ਇਹਨੂੰ ਜ਼ਿਲ੍ਹਾ ਮੋਹਾਲੀ ਦੇ ਵਿੱਚ SHSG ਕੇਅਰ ਸੈਂਟਰ, ਜਿੱਥੇ ਰੀੜ੍ਹ ਦੀ ਟੁੱਟੀ ਹੋਈ ਹੱਡੀ, ਜਿੱਥੇ ਥੱਲੜੇ ਪਾਸੇ ਸੁੰਨ ਹੋ ਜਾਂਦੇ ਆ, ਡੂੰਘੇ ਡੂੰਘੇ ਭਿਆਨਕ ਜ਼ਖਮ ਹੋ ਜਾਂਦੇ ਆ, ਕੀੜੇ ਪੈ ਜਾਂਦੇ ਆ, ਇਹਨਾਂ ਦਾ ਇਲਾਜ ਟੋਟਲ ਫ੍ਰੀ ਕੀਤਾ ਜਾਂਦਾ ਹੈ। ਇੱਥੇ ਰਹਿਣ ਦਾ, ਖਾਣ ਦਾ, ਪੀਣ ਦਾ, ਕਿਸੇ ਵੀ ਤਰੀਕੇ ਦਾ ਕੋਈ ਪੈਸਾ ਨਹੀਂ ਲਿੱਤਾ ਜਾਂਦਾ। ਸਾਰਾ ਮੈਡੀਕਲ ਟ੍ਰੀਟਮੈਂਟ, ਫਿਜ਼ੀਓਥੈਰੇਪੀ ਸਾਰਾ ਸੰਗਤ ਵੱਲੋਂ ਟੋਟਲ ਫ੍ਰੀ ਆਫ ਕੋਸਟ ਚੱਲਦਾ ਹੈ। ਇਸ ਲਈ ਕਹਿ ਰਿਹਾ ਕਿ ਚੱਲਦੇ ਚੱਲਦੇ, ਦੇਖਦੇ ਦੇਖਦੇ ਹੀ ਆਪਣਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡਾ ਸ਼ੇਅਰ ਕੀਤਾ ਹੋਇਆ ਹਜ਼ਾਰੋਂ ਵੀਰਾਂ ਦਾ, ਹਜ਼ਾਰੋਂ ਭੈਣਾਂ ਦਾ ਜ਼ਿੰਦਗੀ ਬਚਾਉਣ ਵਾਲਾ ਹੈ। ਕਿਉਂਕਿ ਸਰਕਾਰ ਦਾ ਡੇਟਾ ਕਹਿੰਦਾ ਹੈ 2.25 ਲੱਖ ਪੇਸ਼ੈਂਟ ਘਰਾਂ ਦੇ ਵਿੱਚ, ਸ਼ਹਿਰਾਂ ਔਰ ਪਿੰਡਾਂ 'ਚ ਬੰਦ ਪਿਆ, ਪੱਖੇ ਨੂੰ ਦੇਖਦਾ ਹੋਇਆ, ਘਿਸੜਦਾ ਹੋਇਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਹਾ। ਇਹਨਾਂ ਲੋਕਾਂ ਤੱਕ ਵੀਡੀਓ ਪਹੁੰਚਾਉਣਾ ਤੁਹਾਡਾ ਫਰਜ਼ ਹੈ। ਸੋ ਆਪਣੇ ਸ਼ੇਅਰ ਦੀ ਵੈਲਿਊ ਸਮਝੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ। ਕਿਉਂਕਿ ਜ਼ਿਲ੍ਹਾ ਮੋਹਾਲੀ ਦੇ ਵਿੱਚ ਇਹ ਜੋ SHSG ਕੇਅਰ ਸੈਂਟਰ ਚੱਲਦੇ ਨੇ, ਇੱਥੇ ਸਾਰਾ ਇਲਾਜ ਟੋਟਲ ਫ੍ਰੀ ਆਫ ਕੋਸਟ ਕੀਤਾ ਜਾਂਦਾ ਹੈ। ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟ ਜਾਂਦੀ ਹੈ, ਥੱਲੜੇ ਪਾਸੇ ਸੁੰਨ ਹੋ ਜਾਂਦੇ ਹੈ, ਡੂੰਘੇ ਡੂੰਘੇ ਔਰ ਭਿਆਨਕ ਜ਼ਖਮ ਹੋ ਜਾਂਦੇ, ਕੀੜੇ ਪੈ ਜਾਂਦੇ ਹੈ, ਸਾਲੋ ਸਾਲ ਇਹ ਪੇਸ਼ੈਂਟ ਕਮਰਿਆਂ 'ਚ ਬੰਦ ਹੁੰਦੇ ਆ, ਇਹਨਾਂ ਤੱਕ ਵੀਡੀਓ ਪਹੁੰਚਾ ਕੇ ਇਹਨਾਂ ਪੇਸ਼ੈਂਟਾਂ ਦੀ ਮਦਦ ਕਰਨ ਦੇ ਵਿੱਚ ਸਾਡਾ ਸਾਥ ਦਿਓ। ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਵੀਡੀਓ ਜ਼ਰੂਰ ਸ਼ੇਅਰ ਕਰੋਗੇ ਔਰ ਹਜ਼ਾਰੋਂ ਲੱਖਾਂ ਦੀ ਪੇਸ਼ੈਂਟਾਂ ਦੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।